पंजाब दे होनहार विद्यार्थियों दे उज्जवल भविख लई जलंधर च पहली बार एथिकस स्टूडेंट्स लाइब्रेरी खोली गई है, जिसका उद्घाटन मुख मेहमान थाना सदर दे SHO इंस्पैक्टर श्री भारत मसीह वालों अपने घर कमला नाल कीता गया। इस मौके उद्घाटन उपरंत इंस्पैक्टर श्री भारत मसीह ने दसिया कि यह जलंधर च एजुकेशन नू प्रोटेक्ट करन वाला यह पहला प्रोजेक्ट है, जो कि थाना सदर दे ही मुख मुंशी सस्सा जगदेव सिंह दे बेटे विशाल सिंह वालों शुरू किया गया है। उन्होंने कहा कि इस लाइब्रेरी विच हर बच्चा इत्थे आन के पढ़ सकता है, बेशक वह अमीर होवे जा गरीब होवे। हुण आओ तुहानू सुणाउंदे हां एथिकस स्टूडेंट्स लाइब्रेरी दे मालक सस्सा विशाल सिंह दा खास करके जलंधर दे समूह विद्यार्थी वर्ग नू की सुनेहा है अते इस लाइब्रेरी विच विद्यार्थियों नू की सहूलतां दित्तियां जाणगियां। देखो जलंधर तो SS चाहल दे विशेष रिपोर्ट। ਸਾਡੇ ਜਗਦੀਪ ਸਿੰਘ ਜੀ ਮੇਰੇ ਮੁੰਸ਼ੀ ਆ, ਉਹਨਾਂ ਦੇ ਬੇਟੇ ਵਿਸ਼ਾਲ ਸਿੰਘ ਨੇ ਇਹਦਾ ਜਿਹੜਾ ਅੱਜ ਇਸ ਤਰ੍ਹਾਂ ਤਿਆਰ ਕੀਤਾ ਸੀਗਾ ਪ੍ਰੋਜੈਕਟ ਲਾਇਬ੍ਰੇਰੀ ਦਾ, ਇਹਦਾ ਅਸੀਂ ਅੱਜ ਉਦਘਾਟਨ ਕੀਤਾ। ਇਹ ਬਹੁਤ ਵਧੀਆ ਗੱਲ ਨਾ, ਇੱਕ ਬੜਾ ਸੱਜਾ ਉਪਰਾਲਾ ਮੇਰੇ ਖਿਆਲ ਨਾਲ ਇਹ ਜਲੰਧਰ ਦਾ ਪਹਿਲਾ ਪ੍ਰੋਜੈਕਟ ਹੋਏਗਾ ਕਿ ਜਿਹੜੇ ਆਪਾਂ ਐਜੂਕੇਸ਼ਨ ਦੀ ਲਾਈਨ ਨੂੰ ਪ੍ਰਮੋਟ ਕਰਦੇ। ਉਹਦੇ ਬੜੀ ਵਧੀਆ ਢੰਗ ਨਾਲ ਡਿਜ਼ਾਈਨ ਕੀਤਾ ਗਿਆ, ਹਰ ਬੱਚਾ ਜਿਹੜਾ ਇਹ ਉਮੀਰ ਹੋਵੇ ਗਰੀਬ ਹੋਵੇ ਆ ਕੇ ਬਹਿ ਕੇ ਪੜ੍ਹ ਸਕਦਾ, ਉਹਨੂੰ ਵਧੀਆ ਮਾਹੌਲ ਮਿਲੇਗਾ। ਤੁਸੀਂ ਆਮ ਦੇਖ ਸਕਦੇ ਹੋ ਵਧੀਆ ਰੈਕ ਬਣੇ ਹੋਏ ਆ, ਵਧੀਆ ਹਰ ਤਰ੍ਹਾਂ ਦੀ ਬੁੱਕਸ, ਜਿੱਦਾਂ ਦੀ ਮਰਜ਼ੀ ਵੀ ਕੋਈ ਮੈਡੀਕਲ ਲਾਈਨ ਦਾ ਵਾ, ਕੋਈ ਕਿਸੇ ਲਾਈਨ ਦਾ ਵੀ ਆ, ਆਰਟਸ ਦਾ, ਕਮਰਸ ਦਾ, ਸਾਇੰਸ ਦਾ, ਹਰ ਬੱਚਾ ਇੱਥੇ ਬੈਠ ਕੇ ਸਟੱਡੀ ਕਰ ਸਕਦਾ। ਇੱਕ ਚੰਗਾ ਉਪਰਾਲਾ ਵਾ, ਮੈਂ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਇਹ ਕੰਮ ਦੇ ਨਾਲ ਨਾਲ ਜਿਹੜੇ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਵੀ ਆ ਕਿ ਆਪਾਂ ਜਿਹੜੀ ਐਜੂਕੇਸ਼ਨ ਵੰਡ ਰਹੇ ਹਾਂ, ਇੱਕ ਚੰਗਾ ਮਾਹੌਲ ਦੇ ਰਹੇ ਹਾਂ ਬੱਚਿਆਂ ਨੂੰ। ਪਰ ਇੱਕ ਅੱਜ ਦੇ ਸਮੇਂ ਵਿੱਚ ਤਾਂ ਨੌਜਵਾਨ ਪੀੜ੍ਹੀ ਜ਼ਿਆਦਾ ਬਾਹਰ ਨੂੰ ਫੋਰਨ ਜ਼ਿਆਦਾ ਇੰਟਰਸਟ ਦੇ ਰਹੀ ਆ, ਪਰ ਇਹ ਬੜੀ ਹੈਰਾਨੀ ਦੀ ਗੱਲ ਆ ਵੀ ਨੌਜਵਾਨ ਨੇ ਉਹ ਇੱਥੇ ਪੜ੍ਹ ਕੇ ਖੁਦ ਆਪ ਇੱਥੇ ਮਤਲਬ ਆਪ ਇਹੀ ਬੱਚਿਆਂ ਨੂੰ ਪੜ੍ਹਾਉਣ ਦਾ ਸਟੱਡੀ ਦੇ ਵੱਲੋਂ ਹੀ ਕੰਮ ਸ਼ੁਰੂ ਕੀਤਾ, ਇਹਦੇ ਬਾਰੇ ਕਿਹੜਾ ਤੁਹਾਡਾ? ਉਹ ਤੁਹਾਡੀ ਗੱਲ ਠੀਕ ਆ, ਲੇਕਿਨ ਬਹੁਤ ਚੀਜ਼ਾਂ ਇੱਦਾਂ ਦੀਆਂ ਵੀ ਹੈਗੀਆਂ। ਤੁਸੀਂ ਦੇਖੋ ਪਿਛਲੇ ਟਾਈਮ ਵਿੱਚ ਅਖਬਾਰਾਂ 'ਚ ਵੀ ਬੜਾ ਆਇਆ ਕਿ ਸਾਡੀਆਂ ਵਾ ਜਿਹੜੀਆਂ ਭੈਣਾਂ ਜਿਹੜੀਆਂ ਉਹ ਟੱਚ ਬਣੀਆਂ, ਬਹੁਤ ਬੱਚੇ ਪੜ੍ਹਨ ਵਾਲੇ ਵੀ ਆ ਜਿਹੜੇ ਇੱਥੇ ਪੜ੍ਹਨਾ ਚਾਹੁੰਦੇ ਆ, ਬਹੁਤ ਜਿਹੜੇ ਬੱਚਿਆਂ ਦਾ ਇੰਟਰਸਟ ਹੈ ਅਗਰ ਇਹ ਬਾਹਰ ਫੋਰਨ ਜਾ ਕੇ ਸਟੱਡੀ ਕਰਨੀ ਆ, ਉਹ ਆਪਣਾ ਜ਼ਿਆਦਾ ਜਿਹੜੀ ਰਹਿ ਕੇ ਪੜ੍ਹਨ ਵਾਲੇ ਉਹ ਬਹੁਤ ਜ਼ਿਆਦਾ ਅਫਸਰ ਬਣ ਰਹੇ ਆ, ਰੋਜ਼ ਕੋਈ ਨਾ ਕੋਈ ਨਿਊਜ਼ ਲੱਗੀ ਹੁੰਦੀ ਆ, ਅਤੇ ਮੇਰੇ ਖਿਆਲ ਨਾਲ ਕਾਫੀ ਇਹ ਸਕਸੈਸਫੁਲ ਹੋਏਗਾ, ਇਹ ਕਾਫੀ ਯੂਜਫੁਲ ਜਿਹੜੀ ਲਾਇਬ੍ਰੇਰੀ ਦਾ ਮੇਰੀ ਪਹਿਲੀ ਫਸਟ ਲਾਇਬ੍ਰੇਰੀ ਹੈ। ਇਹ ਪ੍ਰਾਈਵੇਟ ਲਾਇਬ੍ਰੇਰੀ ਇੱਥੇ ਸਾਰੇ ਬੱਚੇ ਆ ਕੇ ਜਿਹੜੀ ਮਰਜ਼ੀ ਫੀਲਡ ਦੇ ਹੈ ਆ ਕੇ ਸਟੱਡੀ ਕਰ ਸਕਦੇ ਹਨ, ਉਹਨਾਂ ਲਈ ਸੈਪਰੇਟ ਲੋਕਰ ਦਿੱਤਾ ਜਾਏਗਾ ਵਿਦ ਫੈਸਿਲਿਟੀ, ਸਾਰੀਆਂ ਜਿੰਨੀਆਂ ਸਟੂਡੈਂਟ ਨੂੰ ਹੁੰਦੀਆਂ ਹੈ ਉਹ ਸਾਰੀਆਂ ਪ੍ਰੋਵਾਈਡ ਕੀਤੀ ਜਾਣਗੀਆਂ, ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ, ਬੱਚੇ ਨੂੰ 24 hours ਉੱਪਰ ਰਹੇਗੀ ਲਾਇਬ੍ਰੇਰੀ, ਅਸੀਂ ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਹਾਂ। ਮਤਲਬ ਤੁਹਾਡਾ ਕੀ ਸੁਪਨਾ ਆ ਬੱਚਿਆਂ ਵਾਸਤੇ ਜਿਹੜੀ ਬੱਚੇ ਪੜ੍ਹਾਈ ਕਰ ਰਹੇ ਇੱਥੇ? ਸੁਪਨਾ ਇਹ ਹੈ ਕਿ ਸਾਡੇ ਪੰਜਾਬ ਦੇ ਦੇਸ਼ ਦੇ ਬੱਚੇ IAS BCS ਵੱਲ ਜ਼ਿਆਦਾ ਰੁਝਾਨ ਕਰਨ, ਬਾਹਰ ਵੀ ਜਾਣ, ਜਾਣਾ ਕਿਤੇ ਮਾੜਾ ਨਹੀਂ ਹੈਗਾ, ਬਟ ਇੱਧਰ ਇਸ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਲਈ ਵੀ ਕੁਛ ਇੱਦਾਂ ਦਾ ਕਰੇ ਜਿਹੜਾ ਕਿ ਇਹਦੇ ਮੂੰਹ ਉੱਪਰ ਲੈ ਕੇ ਜਾਏ ਸਰ।